हेलो एंड वेलकम बैक टू अवर चैनल जिसका नाम है पंजाबी रियल टीवी। तो मेरे वालों तुम सारे प्यार भरी सत श्री अकाल। उम्मीद करते हो सारे जने बाल ही घेंट होंगे। अभी जी वीडियो है, वीडियो है फैसलाबाद के जुगतबाजी सुरीले बच्चे, बहुत ही घेंट बच्चे। देखते हैं कि फैसलाबाद के आ छोटे छोटे पंघूड़िया से बैठने वाले बच्चे किदां दा कमाल करते हैं। जानी भाजी होने के चैनल तो यह वीडियो है, देखते हैं पुरानी वीडियो है, चक दो फटे सबसक्राइब वाले। मैं कहना दब दो किले भरावो, क्योंकि तुम सबसक्राइब करोगे दैन मैनू मिलेगा सुकून। ठीक है, तो अपनी फैमिली है सारी, मैं तुम्हें एंटरटेनमेंट देना, अपना रिएक्शन देना, अपने प्यार मुहब्बत वंडनिया, तो तुम जस्ट सबसक्राइब करना। डू सबसक्राइब। बच्चियां जिदा का टैलेंट देख के ना आपदे आप शर्म आती है यार, शर्म कर लो कुछ है। तेज लग रहा है चारे थोड़े थोड़े ओवर कॉन्फिडेंट है। हाँ आला मुंडा बड़ा तेज है। शुआरमा लैन गया, ओने कला कीमा देता कहना शुआरमा लैन गया तो पैक ही कर लगा तो कहना एक मिनट मैं भूल गए कहते बाजार चो कुत्ता मरिया तो यह लागो लंघता पाया तो ए करके लंघता पै कहता बो बड़ी कुत्ता उठ के कहना तू कि जाना पे तेरी बो ना तो मैं मरिया एनू कुत्ता पिया ए अगो कुत्ते नु पै गया कुत्ता कहता बड़ी कुत्ती तबीयत है तेरी मैं सैकला लेके गया मैं क्या भाई इन्हू ठीक कर दियो वो कहना भाई ये कुत्ते बने मैं क्या तिने पड़ के पा दे अच्छा भाई इन्हू कुत्ता पै गया एक गो कुत्ते नु पै गया राजू मेरिया तीन रबिया सिगरेट दी पी गया पी के कहना यार गोल्डी मसली दी यार मेरा मोटरसाइकिल जान दिया नहर च बंदे नहाउण दे कहना रुक मैं क्या की हो गया थले उतर के ते उन्हां लग जा कहना लट्ट जाती
ਕਹਿੰਦਾ ਡਾਕਟਰ ਕੋ ਜਾ ਕੇ ਕਹਿੰਦਾ ਡਾਕਟਰ ਸਾਹਿਬ ਇਹ ਤੇ ਕੀ ਕਰਨਾ ਹੈ ਕਹਿੰਦਾ ਬੇਟਾ ਇਹਦੇ ਨਾ ਟਾਂਕੇ ਲੱਗਣੇ ਹੈ ਕਹਿੰਦਾ ਟਾਂਕੇ ਤੇ ਰਹਿਣ ਦਿਓ ਪੀਕੋ ਕਰ ਦਿਓ ਮੈਨੂੰ ਚੈਨਲ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੈਨੂੰ ਰੋਜ਼ ਹੀ ਬਹੁਤ ਹੀ ਜ਼ਿਆਦਾ ਠੰਡ ਲੱਗਦੀ ਆ ਉਹ ਇਹਦੇ ਵਰਗਾ ਹੁੰਦਾ ਉਹ ਇਹਨੂੰ ਦੋ ਜਰਸੀਆਂ ਦੋ ਸਵੈਟਰ ਲਿਖ ਦਿੰਦਾ ਆ ਕਹਿਣ ਸੀ ਡਾਕਟਰ ਕੋਲ ਜਾਂਦਾ ਉਹ ਕਹਿੰਦਾ ਮੈਨੂੰ ਬਹੁਤ ਠੰਡ ਲੱਗਦੀ ਹੈ ਕਹਿੰਦਾ ਦੋ ਜਰਸੀਆਂ ਅਤੇ ਦੋ ਸਵੈਟਰ ਲਿਖ ਦਿੰਦਾ ਪਾਲ ਖਾਈ ਜਾਵੇ ਅਤੇ ਦੁੱਗ ਵੀ ਉੱਦਾਂ ਹੀ ਸੁੱਟੀ ਜਾਵੇ ਮੈਂ ਕਿਹਾ ਤੈਨੂੰ ਬੋਲ ਨਹੀਂ ਆਉਂਦੀ ਕਹਿੰਦਾ ਮੈਂ ਖੁਸ਼ਬੂ ਵਾਲਾ ਲਵਾਇਆ ਬਾਥਰੂਮ 'ਚ ਬੈਠਾ ਇਹਦਾ ਅਚਾਨਕ ਹੀ ਉੱਤੇ ਜ਼ਹਿਰ ਪਿਆ ਉੱਤੇ ਲਿਖਿਆ ਪਾਣੀ ਕੰਮ ਇਸਤੇਮਾਲ ਕਰੇ ਫੂਕਾਂ ਦਾ ਰੋਲ ਆਇਆ ਡਰਾਈਵਰ ਕਹਿੰਦਾ ਤੂੰ ਲੜਿਆ ਨੀ ਕਹਿੰਦਾ ਮੇਰੇ ਨਾਲ ਲੇਡੀ ਸਵਾਰੀ ਸੀ ਨਹੀਂ ਤੇ ਬਹੁਤ ਪੜ ਰਹੇ ਸਾਰੇ ਦੋਸਤੋ ਮੇਰੇ ਦਾਦੇ ਦਾ ਜਨਾਜ਼ਾ ਹੈ ਇਸ ਜਨਾਜ਼ੇ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬੰਦੇ ਦਾ ਫੋਨ ਆਇਆ ਤੇ ਘੁਮਾਈ ਜਾ ਰਿਹਾ ਫੋਨ ਮੈਂ ਕਿਹਾ ਕਰ ਰਿਹਾ ਕਹਿੰਦਾ ਚੁੱਕ ਗੇੜਾ ਦੇ ਰਿਹਾ ਬੰਦੇ ਨੇ ਇੱਕ ਮੁਰਦਾ ਦਫਨਾਉਣ ਲਈ ਨਾ ਕਬਰ ਖੋਦੀ ਇਹਨੇ ਕੀ ਕੀਤਾ ਉਹ ਚ ਪਾਣੀ ਘੜੀਆਂ ਤਾਂ ਮਛਲੀਆਂ ਚੜਦੀਆਂ ਕਬਰਸਤਾਨ ਕਬਰ ਤੇ ਪਾਣੀ ਪਾਈ ਜਾਵੇ ਪਾਈ ਜਾਵੇ ਪਾਈ ਜਾਵੇ ਮੁਰਦਾ ਉੱਠ ਕੇ ਕਹਿੰਦਾ ਓਏ ਮੈਨੂੰ ਗੋਤੇ ਲਵਾਉਣੇ ਮੇਰੀ ਕਿਹਾ ਤੂੰ ਜਦ ਪੱਠੇ ਖਾਈ ਜਾਵੇ ਮੈਂ ਕਿਹਾ ਇਹ ਕਰਦਾ ਪਿਆ ਪੱਠੇ ਕੋ ਖਾਣਾ ਪਿਆ ਕਹਿੰਦਾ ਮੈਂ ਬੱਕਰੀ ਦੇ ਵਿੱਚ ਤੇ ਆਇਆ ਮੈਂ ਲੁੱਟੋ ਕੇ ਡੱਬਿਆ ਤੇਰੀ ਗੀਟੀ ਮਰ ਗਈ ਤੇਲ ਮਸੀਹ ਤੇ ਲਾਲ ਕਲਾਤਾ ਅਦਾ ਰਾਤ ਰਾਤ ਮੇਰੀ ਗੋਟੀ ਮਰ ਗਈ ਜੇ ਤੇ ਖੁੱਲਣ ਦਾ ਐਲਾਨ ਬਾਅਦ ਚ ਕੀਤਾ ਜਾਏਗਾ ਜਈ ਰਹਿਣ ਗਿਆ ਉੱਥੇ ਜਾ ਕੇ ਕਹਿੰਦਾ ਭਾਈ ਨੂੰ ਕਹਿੰਦਾ ਡਬਲ ਚਾਪਰ ਕਰ ਦਿਓ ਕਹਿੰਦਾ ਕਿਉਂ ਕਹਿੰਦਾ ਮੈਂ ਰਾਤ ਘੁੰਮਣ ਲੈ ਜਾਣਾ ਇਹ ਹਸਪਤਾਲ ਗਿਆ ਤੇ ਇਹਦੀ ਨਾ ਨਾਨੀ ਜਿਹੜੀ ਸੀ ਨਾ ਬਿਮਾਰ ਸੀ ਹੈ ਉਹਨੂੰ ਖੂਨ ਦੇਣਾ ਸੀ ਇਹ ਖੂਨ ਦੇਣ ਗਿਆ ਹੈ ਤੇ ਉਹਨਾਂ ਨੇ ਸੂਈ ਮਾਰੀ ਬੇਹੋਸ਼ ਹੋ ਗਏ ਅੱਧਾ ਘੰਟਾ ਇਹਨੂੰ ਬੋਤਲਾਂ ਲਾਈ ਰੱਖੀਆਂ ਹੈ ਤੇ ਉੱਠ ਕੇ ਪਾਗਲ ਫਿਰ ਕਹਿੰਦਾ ਪਾਗਲ ਹੋਰ ਕੱਢ ਲਓ ਚੋਟੂ ਆ ਗਿਆ ਵਾ ਇਹ ਤਾਰ ਖੇਡਣ ਦਿਆ ਹੁੰਦਾ ਤੇ ਪੁਲਿਸ ਦਾ ਛਾਪ
ਜਾਂਬਾ ਪੈ ਜਾਂਦਾ ਇਹ ਭੱਜ ਕੇ ਡਾਲੇ ਚ ਬਹਿ ਜਾਂਦਾ ਇਹਦੇ ਨਾਲ ਦਾ ਕਹਿੰਦਾ ਯਾਰ ਤੈਨੂੰ ਤੇ ਭੱਜਣਾ ਚਾਹੀਦਾ ਤੂੰ ਡਾਲੇ ਚ ਭੱਜ ਕੇ ਬੇਨਾ ਪਿਆ ਕਹਿੰਦਾ ਪਿਛਲੀ ਵਾਰ ਕਿਹਨੇ ਜਾਣਾ ਪਿਆ ਉਹ ਜੋਟੂ ਕਿੱਦਾਂ ਹੱਸਿਆ ਹੁਣ ਆਪਾਂ ਵਾਜੀ ਵਾਲੇ ਸਿਸਟਮ ਤੇ ਆਈਏ ਵਾਜੀ ਵਾਲੀਆਂ ਗੱਲਾਂ ਕਰਦੇ ਆ ਤੇ ਜੁਗਾ ਅੱਛਾ ਯਾਰ ਗੌਰ ਨਾਲ ਸੁਣਨ ਵਾਲੀ ਗੱਲ ਆ ਮੈਂ ਵਾਜੀ ਵਾਲਿਆਂ ਨੇ ਗੱਲ ਵੇਖੀ ਆ ਕਿ ਕੁਛ ਵਾਜੀ ਵਾਲੇ ਹੁੰਦੇ ਆ ਕਿ ਬਹੁਤ ਘੱਟ ਬੱਚੇ ਪੜਾਉਂਦੇ ਆ ਕੁਛ ਕੁਛ ਹੁੰਦੇ ਨਹੀਂ ਤੇ ਬਹੁਤੇ ਵਾਜੇ ਨਾਲ ਗੰਦੀ ਗੰਦੀ ਗੱਲ ਹੀ ਪਾਈ ਹੁੰਦੀ ਕਿ ਤੁਸੀਂ ਵਾਜੇ ਵਜਾਓ ਇੱਕ ਨੂੰ ਕਹਿੰਦੇ ਤਬਲਾ ਵਜਾਓ ਇੱਕ ਨੂੰ ਕਹਿੰਦੇ ਢੋਲਕ ਵਜਾਓ ਤੇ ਦੂਜੇ ਬੱਚੇ ਨੂੰ ਕਹਿੰਦੇ ਤੂੰ ਮੈਨੂੰ ਵਜਾ ਇਹਨਾਂ ਨੂੰ ਸਿਲਾ ਪਤਾ ਕੀ ਮਿਲਦਾ ਹੈ ਉਹਨਾਂ ਨੂੰ ਉਹਨਾਂ ਦੀਆਂ ਵੀਹੀਆਂ ਆ ਕੇ ਉਹਨਾਂ ਨੂੰ ਵਜਾ ਲੋ ਜੀ ਇਹ ਗਾਣਾ ਹੈ ਕਿਤੇ ਵਾਜੇ ਦੀ ਵਰਦੀ ਨਾ ਪਾ ਬੈਠੀ ਕਿਤੇ ਵਾਜੇ ਦੀ ਵਰਦੀ ਨਾ ਪਾ ਬੈਠੀ छोटू छोटू देखियो कि देख रहे सारे आज आज ही करी जाना कहना हाउ क्यूट गाइज ए सी आई थी वीडियो सिरा लाता यार जवाकों ने मतलब हंसाया बहुत जुगत किनिया घेंट घेंट मारियाँ मतलब बच्चे ये कमाल है टैलेंट कि एंड वो जो छोटू जहा गाँव भी बड़ा घेंट है वैसे भी वो चलाक आ बड़ा है ना बड़ा क्लेवर से एक जो छोटू आ जवाक जमा ही बजा रहा वो देख रहा यार करी की जाता सही है चार ऐ नहीं सी एक बंदा ही तेज़ सी चारे मुंडे बच्चे जोड़े से काफ़ी तेज़ से ਇੱਥੋਂ ਇਹ ਡਿਫਾਈਨ ਹੁੰਦਾ ਇਹ ਇੱਥੋਂ ਪਤਾ ਲੱਗਦਾ ਆਪਾਂ ਨੂੰ ਕਿ ਫੈਸਲਾਬਾਦ ਦੇ ਜਿਹੜੇ ਲੋਕ ਆ ਉਹ ਕਿੰਨੇ ਕੁ ਖੁਸ਼ ਮਿਜ਼ਾਜ ਦਿਲ ਦੇ ਆ ਕਿੰਨੇ ਕੁ ਹਾਸਾ ਮਜ਼ਾਕ ਕਰਦੇ ਆ ਇੱਕ ਦੂਜੇ ਨਾਲ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਬੱਚੇ ਉਹੀ ਚੀਜ਼ਾਂ ਸਿੱਖਦੇ ਆ ਜੋ ਉਹਨਾਂ ਦੇ ਘਰ 'ਚ ਚੀਜ਼ਾਂ ਹੁੰਦੀਆਂ ਬੱਚਿਆਂ ਦਾ ਪਹਿਲਾ ਘਰ ਪਹਿਲਾ ਸਕੂਲ ਉਹਨਾਂ ਦਾ ਆਪਣਾ ਘਰ ਹੁੰਦਾ ਬੱਚੇ ਆਪਣੇ ਆਸੇ ਪਾਸੇ ਜੋ ਦੇਖਦੇ ਆ ਜੋ ਇਹਨਾਂ ਦੀ ਕੰਪਨੀ ਹੈ ਜੋ ਆਸੇ ਪਾਸੇ ਸੁਸਾਇਟੀ 'ਚ ਸੁਣਦੇ ਆ ਦੇਖਦੇ ਆ ਓਬਜ਼ਰਵ ਕਰਦੇ ਆ ਉਹੀ ਇਹ ਚੀਜ਼ ਕਰਦੇ ਆ ਐਂਡ ਬੱਚਿਆਂ ਦੀ ਜਿਹੜੀ ਓਬਜ਼ਰਵੇਸ਼ਨ ਪਾਵਰ ਹੁੰਦੀ ਆ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਐਂਡ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਉਹ ਵੈਸੇ ਹੀ ਭਰਾਵਾ ਬਹੁਤ ਤੇਜ਼ ਹੈ ਸਾਰੇ ਲੋਕ ਇਹੀ ਗੱਲਾਂ ਕਰਦੇ ਅੱਜ ਕੱਲ੍ਹ ਦੇ ਬੱਚੇ ਕੰਪਿਊਟਰ ਆ ਐਂਡ ਬਾਕੀ ਇਹ ਗੱਲ ਸੱਚ ਆ ਇਹ ਝੂਠ ਨਹੀਂ ਹੈ ਜਿੱਦਾਂ ਜਿੱਦਾਂ ਇੱਕ ਛੋਟਾ ਜਿਹਾ ਬੱਚਾ 2 ਸਾਲ ਦਾ ਬੱਚਾ ਜਦੋਂ ਬੋਲਣਾ ਸ਼ੁਰੂ ਕਰਦਾ ਹੌਲੀ 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 ਵੱਡਾ ਹੁੰਦਾ ਤਾਂ ਪਤਾ ਨਹੀਂ ਉਹ ਕਿੱਥੋਂ ਕਿੱਥੋਂ ਗੱਲਾਂ ਕੱਢਦੇ ਭਰਾਵਾ ਐਂਡ ਅੱਜ ਕੱਲ੍ਹ ਆਹ ਦੇਖੋ ਇਹ ਜਿਹੜੇ ਬੈਠੇ ਆ ਵੱਧ ਤੋਂ ਵੱਧ 12-12 ਸਾਲਾਂ ਦੇ ਹੋਣਗੇ ਇਹ 10-12 ਸਾਲਾਂ ਦੇ 13 ਸਾਲ ਦੇ ਹੈ ਨਾ ਇੱਥੋਂ ਤੱਕ ਹੀ ਆਉਣਗੇ ਇੱਦੂ ਜ਼ਿਆਦਾ ਤਾਂ ਨਹੀਂ ਆਉਣਗੇ ਅਤੇ ਇਹਨਾਂ ਦੀ ਜਿਹੜਾ ਸੈਂਸ ਆਫ ਇਹਨਾਂ ਦਾ ਹਿਊਮਰ ਆ ਜਾਂ ਇਹਨਾਂ ਦੀ ਜਿਹੜੀ ਟਾਈਮਿੰਗ ਆ ਕਿੰਨੀ ਵਧੀਆ ਐਂਡ ਇਹਨਾਂ ਨੂੰ ਪਤਾ ਕਿ ਇਹ ਚੀਜ਼ ਜਿਹੜੀ ਇਹ ਕਰ ਰਹੇ ਆ ਕਿੰਨੇ ਵਧੀਆ ਅੰਦਾਜ਼ ਵਿੱਚ ਕਰ ਰਹੇ ਆ ਇੱਕ ਜੁਗਤ ਇੱਕ ਬੰਦਾ ਇੱਕ ਟੋਪਿਕ 'ਤੇ ਮਾਰਦਾ ਤਾਂ ਨਾਲ ਦੇ 3 ਬੰਦੇ ਉਸ ਟੋਪਿਕ 'ਤੇ ਜੁਗਤਾਂ ਤਿਆਰ ਰੱਖਦੇ ਆ ਠੀਕ ਹੈ ਕਿਉਂਕਿ ਇਹ ਬੱਚੇ ਆ ਤਾਂ ਇਹ ਕੋਈ ਟ੍ਰੇਨਡ ਨਹੀਂ ਹੈਗੇ ਠੀਕ ਹੈ ਇਹ ਇੱਕ ਨੋਰਮਲ ਹਿਊਮਨ ਬੀਂਗਸ ਆ ਇੱਕ ਨੋਰਮਲ ਇੱਕ ਆਮ ਇਨਸਾਨ ਹੈ ਉਹਨਾਂ ਦੇ ਵਿੱਚ ਇਹ ਟੈਲੈਂਟ ਦੇਖਣਾ ਬਹੁਤ ਹੀ ਵਧੀਆ ਗੱਲ ਆ ਅਤੇ ਉਸ ਤੋਂ ਵਧੀਆ ਗੱਲ ਕਿ ਇਹ ਗਾਉਂਦਾ ਮੁੰਡਾ ਕਿੰਨਾ ਘੈਂਟ ਆ ਜਿਹੜੇ ਇੱਕ ਵਜਾਉਂਦਾ ਪਿਆ ਇੱਕ ਗਾਉਂਦਾ ਪਿਆ ਐਂਡ ਬਾਕੀ ਸਾਰੇ ਸਾਥ ਦੇ ਰਹੇ ਆ ਇੱਕ ਟੀਮ ਵਰਕ ਦੀ ਤਰ੍ਹਾਂ ਕੰਮ ਕਰ ਰਹੇ ਆ ਮਤਲਬ ਕਿੰਨਾ ਟੈਲੈਂਟ ਹੈ ਯਾਰ ਮੈਂ ਅੱਗੇ ਗੱਲ ਕਰਦਾ ਹੁੰਦਾ ਪਾਕਿਸਤਾਨ ਦਾ ਮੈਨੂੰ ਲੱਗਦਾ ਇਹੋ ਜਿਹਾ ਕੋਈ ਘਰ ਨਹੀਂ ਹੋਣਾ ਜਿਹੜੇ ਘਰ ਦੇ ਵਿੱਚ ਸਿੰਗਿੰਗ ਟੈਲੈਂਟ ਨਾ ਹੋਵੇ ਜਾਂ ਕਿਸੇ ਨੂੰ ਗਾਉਣਾ ਨਾ ਆਉਂਦਾ ਹੋਵੇ ਠੀਕ ਹੈ ਬਾਥਰੂਮ ਸਿੰਗਰ ਤਾਂ ਸਾਰੇ ਹੁੰਦੇ ਆ ਪਰ ਜਿਹੜੇ ਪੱਕੇ ਸੁਰ ਲਗਾ ਕੇ ਇਹ ਗਾਉਂਦੇ ਆ ਨਾ ਸਿਰਾ ਯਾਰ ਮਤਲਬ ਕਿ ਮੈਂ ਜਦੋਂ ਵੀ ਪਾਕਿਸਤਾਨ ਦੀ ਕੋਈ ਵੀਡੀਓ ਦੇਖਦਾ ਤਾਂ ਦੀ ਜਿਹਦੇ ਵਿੱਚ ਬੱਚਿਆਂ ਦਾ ਟੈਲੈਂਟ ਦਿਖਦਾ ਹੋਵੇ ਅਤੇ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਮੋਸਟ ਆਫ ਦਾ ਜਿਹੜੀਆਂ ਆਪਣੇ ਚੈਨਲ 'ਤੇ ਵਾਇਰਲ ਵੀਡੀਓਜ਼ ਹੈ ਜਿਨ੍ਹਾਂ 'ਤੇ 2-2 ਮਿਲੀਅਨ ਵਿਊਜ਼ ਆ ਉਹ ਸਾਰੀਆਂ ਬੱਚਿਆਂ 'ਤੇ ਹੀ ਹੈ ਠੀਕ ਹੈ ਅਤੇ ਇੱਥੋਂ ਪਤਾ ਲੱਗਦਾ ਕਿ ਬੱਚਿਆਂ 'ਚ ਕਿੰਨਾ ਟੈਲੈਂਟ ਆ ਅਤੇ ਲੋਕ ਵੀ ਪਸੰਦ ਕਰਦੇ ਆ ਉਹਨਾਂ ਨੂੰ ਦੇਖਣਾ ਸੋ ਕਮੈਂਟ ਡਾਊਨ ਬਿਲੋ ਜੇਕਰ ਤੁਸੀਂ ਚਾਹੁੰਦੇ ਆ ਕੋਈ ਹੋਰ ਇੱਦਾਂ ਦੀ ਵੀਡੀਓ ਜਿਹਦੇ ਵਿੱਚ ਆਪਾਂ ਬੱਚਿਆਂ ਦਾ ਟੈਲੈਂਟ ਦੇਖੀਏ ਅਤੇ ਆਪਣੇ ਦੂਜੇ ਚੈਨਲ PRTV ਐਕਸਟਰਾ ਨੂੰ ਕਰ ਲਓ ਸਬਸਕ੍ਰਾਈਬ ਉੱਥੇ ਤੁਸੀਂ ਕੋਈ ਵੀ ਜਿਹੜੀ ਰਿਕੁਐਸਟ ਕਰ ਸਕਦੇ ਆ ਸਾਰੀਆਂ ਰਿਕੁਐਸਟਾਂ ਤੁਹਾਡੀਆਂ ਉਸ ਚੈਨਲ 'ਤੇ ਪੂਰੀਆਂ ਹੋਣਗੀਆਂ
मैं मिलता तुहानू किसी होर वीडियो, तद तक मैनू दिओ इजाजत। सत श्री अकाल, ते चक्की रखो इदां ही कम। We'll be right back.